अस्सलाम वालेकुम दोस्तों, कैसे हैं जी? क्या हाल चाल है? उम्मीद है सब खैरियत से होंगे। अच्छा जी, हमारे जो मोर है ना, ये हमें बहुत तंग करना शुरू कर दिए इन्होंने। पर इनके थोड़े से निकल आए हैं, तो अभी ये उड़ के ना ये दीवार के ऊपर चढ़ जाते हैं। आज सुबह एक बाहर भी चला गया था, बड़ी मुश्किल से उसे पकड़ा है। तो हम ना इनके पर काटने लगे। चले पर काटते हैं, आपको भी दिखाते हैं इनके पर। पकड़ो जी इकबाल भाई। ये जी इकबाल भाई गए हैं मोर पकड़ने। हम ना इनको बाहर निकाल ही नहीं रहे आजकल, इसी वजह से कि ये ना बाहर उठ जाते हैं। तो पहले हमने काफ़ी नुकसान किया हुआ है, तंग भी बहुत हुए हैं। ये देखें जी इकबाल भाई पकड़ रहे हैं, हो गए जी कामयाब। आया मुंडिया, उस्मान करीब तो करीब तो ਹੋਰ ਕਰਦੇ ਹੋਰ ਕਰਦੇ ਬਸ ਬਸ ਠੀਕ ਹੋ ਗਏ। ਬਹੁਤ ਤੰਗ ਕਰਨ ਡਿਆ ਯਾਰ, ਆ ਦੀਵਾਰ ਤੇ ਮਿੰਟ ਤੋਂ ਪਹਿਲਾਂ ਜਾ ਕੇ ਚੜ ਜਾਂਦੇ ਆ। ਅੱਜ ਸੁਬਹ ਇੱਕ ਉੱਡ ਗਿਆ, ਨਿਕਲ ਗਿਆ ਬਾਹਰ। ਆਹੋ ਮਿਲ ਗਿਆ, ਤਦੀ ਤੁਹਾਨੂੰ ਰਿਸਕ ਲਿਆ ਗਿਆ ਇਹਨਾਂ ਨੂੰ ਨਾ ਕੈਂਚੀ ਫੇਰੀਏ। ਚਲੋ ਜੀ ਛੱਡ ਦਿਓ ਭਾਈ ਬਾਹਰ। ਹੋਰ ਹੋਰ ਹੁਣ ਇਹਨੂੰ ਕੀ ਕਰਨਾ? ਛੱਡ ਦਿਓ ਛੱਡ ਦਿਓ ਛੱਡ ਦਿਓ ਛੱਡ ਦਿਓ ਛੱਡ ਦਿਓ ਛੱਡ ਦਿਓ ਬਸ। ਹਾਂ ਬਸ ਠੀਕ ਹੈ, ਨਹੀਂ ਇੰਨਾ ਕੁ ਠੀਕ ਹੈ ਹੁਣ, ਬਿਲਕੁਲ ਹੀ ਇਹਦਾ ਲਾ ਦੇਣਾ ਦੋਸਤੋ, ਇਤਨਾ ਕਾਫੀ ਹੈ ਜੀ। ਅਗਲਾ ਪਕੜੇ ਜੀ, ਲੈ ਆਏ ਜੀ ਇਕਬਾਲ ਭਾਈ ਲੈ ਆਏ। ਹਾਂਜੀ, ਇਹ ਵਾਈਟ ਮੋਰਨੀ ਆ ਗਈ ਹੈ, ਇਹ ਕਈ ਦਫਾ ਫਰਾਰ ਹੋ ਚੁੱਕੀ ਹੈ। ਖਿਆਲ ਨਾ ਪਕੜੋ ਭਾਈ ਇਕਬਾਲ, ਹੋਰ ਕੱਢ ਦਿਓ ਤਸੱਲੀ ਨਾਲ ਰੋਟੀ ਖਾ ਲੈ, ਹੋਰ ਕੱਢ ਦਿਓ ਬਸ ਬਸ। ਚਲੋ ਜੀ ਇਹ ਦੇਖੋ, ਬਸ ਇਤਨਾ ਕਾਫੀ ਹੈ, ਬਸ ਇੰਨੀ ਕੁ ਠੀਕ ਹੈ, ਇੰਨੀ ਕੁ ਠੀਕ ਹੈ।
ਇਕਬਾਲ ਭਾਈ ਸੇ ਪਕੜਾ ਨਹੀਂ ਜਾ ਰਹਾ। ਇਕਬਾਲ ਭਾਈ ਕਿਆ ਮਸਲਾ ਹੈ? ਚੱਲ ਬਸ ਕਰ, ਬਸ ਤੋੜ ਦੇ ਜੀ, ਬਸ ਇਤਨਾ ਕੀ। ਠੀਕ ਹੈ ਲਓ ਜੀ ਦੋਸਤੋ, ਹਮਨੇ ਪਰ ਕੱਢ ਦੀ ਹੈ ਜੀ ਮੋਰੋ ਕੇ। ਲਓ ਜੀ ਇੱਕ ਰਹਿਤਾ ਹੈ ਹਮਾਰਾ ਅਭੀ। ਲਓ ਜੀ ਆਖਰੀ ਹੈ ਹਮਾਰੀ ਮੋਰਨੀ। ਚਲੇ ਜੀ ਛੋੜ ਦੇ, ਇਤਨਾ ਜਮ ਠੀਕ ਹੈ। ਚਲੇ ਜੀ ਦੋਸਤੋ, ਹਮਨੇ ਤੋ ਆਜ ਕਰ ਦੀ ਹੈ ਇਨਕੋ ਗੰਜੇ। ਮਿਲੇਂਗੇ ਇਨਸ਼ਾਅੱਲਾ ਬਹੁਤ ਜਲਦ ਨਈ ਵੀਡੀਓ ਮੇਂ, ਤਬ ਤੱਕ ਕੇ ਲਈ ਇਜਾਜ਼ਤ ਦੀਜੀਏ, ਅੱਲਾਹ ਹਾਫਿਜ਼, ਅਸਲਾਮ ਅਲੈਕੁਮ।